ਮੇਰੇ ਤਰਫ ਚੋਂ ਕੁਝ ਵੀ ਹੋ ਹੈਗੀ ਆ ਨਾ ਗੱਲ ਤਾਂ ਹੈਗੀ ਆ ਕਿ ਸਰ ਨਹੀਂ ਅਸੀਂ ਲੰਡੀਆਂ ਲੁਚੀਆਂ ਤੇ ਹੈ ਨਹੀਂ ਮੇਰੇ ਹਸਬੈਂਡ ਨਾਲ ਸੀਗਾ ਆਪਾਂ ਉੱਥੋਂ ਮੋੜ ਤੋਂ ਨਿਕਲਦੇ ਪਏ ਸੀ ਤਾਂ ਮੈਂ ਨਾ ਇਹਨਾਂ ਨੇ ਉੱਥੇ ਕਮੈਂਟ ਪਾਸ ਕੀਤਾ ਸੀ ਹਾਂਜੀ ਹੁਣ ਬੋਲੋ ਜੇ ਛੇੜਨਾ ਆਪ ਦੀ ਜਨਾਨੀ ਨੂੰ ਛੇੜੋ ਉਹਨੂੰ ਵਧੀਆ ਵੀ ਲੱਗੇ ਤੁਹਾਨੂੰ ਵਧੀਆ ਲੱਗੇ ਲੋਕਾਂ ਦੀ ਜਨਾਨੀ ਨਹੀਂ ਛੇੜੀ ਦੀ ਹੁੰਦੀ ਉਹ ਗੁੱਸਾ ਕਰਦਾ ਉਹ ਨਹੀਂ ਦੇਖੀ ਮੈਨੇ ਦੇਖ ਲਈ ਦੇਖਣੀ ਨਹੀਂ ਹੋਰ ਤਾਂ ਐਨੀਮਲ ਦੇਖ ਕੇ ਨਾ ਉਹ ਅੰਦਰ ਐਨੀਮਲ ਜਾ ਜਾਂਦਾ ਕਈ ਵਾਰ ਮੇਰੀ ਸਿਸਟਰ ਕੋ ਮੇਰੀ ਛੋਟੀ ਸਿਸਟਰ ਕੋ ਮੇਰੀ ਬੇਟੀ ਬਣਾ ਕੇ ਮੈਨੂੰ ਬੋਲਤੇ ਹੈ ਤੂੰ ਯਹਾਂ ਪੇ ਕੀ ਕਰਦੀ ਤੂੰ ਆਪਣੇ ਘਰ ਜਾ ਅੱਜ ਸਾਹ ਸੇ ਪੰਜਾਬ ਮੈਂ ਇਹ ਕਰਨੇ ਕੇ ਲਈ ਆਏ ਹੋ ਨਹੀਂ ਮੈਂ ਇਹ ਕਰਨੇ ਕੇ ਲਈ ਨਹੀਂ ਆਇਆ ਉਹ ਕਹਿੰਦੇ ਜੀ ਅਸ਼ੋਨੀ ਕੁਮਾਰ ਕਹਿੰਦੇ ਮੱਲੇ ਚ ਗੰਦ ਨਹੀਂ ਪੈਣ ਦੇਣਾ ਹੂੰ ਅੱਛਾ ਮੈਂ ਕਹੀ ਮੇਰੀ ਗੱਲ ਸੁਣੋ ਮੈਂ ਸਵੇਰੇ ਦਫ਼ਤਰ ਜਾ ਕੇ ਗੱਲ ਕਰੂੰਗਾ ਇੱਥੇ ਤੁਹਾਡੀ ਫੀਸ ਵੀ ਡਾਰੂ ਮੈਨੂੰ ਲੱਗਦਾ ਰਾਤ ਨੂੰ ਸ਼ਰਾਬ ਪੀਣ ਤੋਂ ਬਾਅਦ ਇੱਕ ਨਵਾਂ ਕੰਪਲੇਂਟ ਪੈਦਾ ਹੁੰਦਾ ਹੋਊਗਾ ਬਿਲਕੁਲ ਨਹੀਂ ਹੈ ਨਹੀਂ ਤਾਂ ਜੇ ਇਹ ਕਰਨਗੇ ਇਹ ਸਾਨੂੰ ਸ਼ੀਨਾ ਮੈਡਮ ਨੂੰ ਧਮਕੀ ਦਿੰਦੇ ਆ ਫਿਰ ਅਸੀਂ ਸ਼ੀਨਾ ਮੈਡਮ ਦੇ ਕੋਲ ਪੇਸ਼ ਹੋ ਜਾਾਂਗੇ ਸੋ ਗੱਲਬਾਤ ਕਰਦੇ ਆ ਤੁਹਾਡਾ ਨਾਮ ਕੀ ਹੈ ਪਹਿਲਾਂ ਨਹੀਂ ਨਾਮ ਸੇ ਮਤਲਬ ਕਿ ਰਿਗਾਰਡਿੰਗ ਕੀ ਹੈ ਉਹ ਰਿਗਾਰਡਿੰਗ ਕੀ ਹੈ ਜੋ ਰਿਗਾਰਡਿੰਗ ਵੀ ਮੈਂ ਆਪਕੋ ਬਤਾਤਾ ਹੂੰ ਇਧਰ ਆ ਜਾ ਮੜਾ ਕੈਮਰਾ ਲੈ ਇਧਰ ਆ ਜਾ ਸੋ ਇਹ ਉਹ ਇਨਸਾਨ ਹੈ ਜੀ ਤੇ ਨਾਮ ਤੋਂ ਆਪਾਂ ਸ਼ੁਰੂ ਕਰਦੇ ਆ ਥੋੜਾ ਜਿਹਾ ਐਟੀਟਿਊਡ ਇਹਨਾਂ ਚ ਹੈਗਾ ਆ ਇੱਕ ਵਾਰ ਨਾ ਮੈਂ ਤੁਹਾਨੂੰ ਕੈਮਰੇ ਚ ਹੱਥ ਲਵਾਣਾ ਕੈਮਰਾ ਦਿਖਾਓ ਤੁਹਾਨੂੰ ਮੜਾ ਜਾ ਆ ਜਿੰਨੀਆਂ ਲੇਡੀਜ਼ ਖੜੀਆਂ ਨੇ ਇਹ ਇੰਨੀਆਂ ਕੁ ਜ਼ਿਆਦਾ ਪਰੇਸ਼ਾਨ ਨੇ ਇਸ ਇਨਸਾਨ ਦੇ ਕੋਲੋਂ ਕਿਉਂ ਪਰੇਸ਼ਾਨ ਨੇ ਇਹ ਵੀ ਤੁਹਾਨੂੰ ਨਾਲ ਨਾਲ ਦੱਸਾਂਗੇ ਤੁਸੀਂ ਸਿਆਣੇ ਬਿਆਣੇ ਲੱਗਦੇ ਹੋ ਵਧੀਆ ਮਾਨਸਿਕ ਤੌਰ ਤੇ ਵੀ ਠੀਕ ਲੱਗਦੇ ਹੋ ਕੱਪੜੇ ਵਧੀਆ ਪਾਏ ਹੋਏ ਆ ਵਿਆਹੇ ਹੋਏ ਹੋ ਬਿਲਕੁਲ ਜੀ ਘਰ ਵਾਲੀ ਹੈਗੀ ਆ ਹੈਗੀ ਜੀ ਬੱਚੇ ਕਿੰਨੇ ਆ ਬੱਚੇ 3 ਆ ਜੀ 3 ਬੱਚੇ ਆ ਕਿੰਨੀ ਕਿੰਨੀ ਉਮਰ ਦੇ ਆ ਉਮਰ ਇੱਕ 25 ਸਾਲ ਹੈ 22 ਸਾਲ ਹੈ 21 ਸਾਲ ਹੈ 25 22 ਤੇ 21 ਯਾਨੀ ਵਿਆਹਣ ਵਾਲੀ ਉਮਰ ਦੇ ਆ ਹਾਂਜੀ ਹਾਂਜੀ ਤੇ ਫਿਰ ਆ ਜਿਹੜੀਆਂ ਧੀਆਂ ਭੈਣਾਂ ਖੜੀਆਂ ਨੇ ਔਰਤਾਂ ਖੜੀਆਂ ਨੇ ਕਿਸੇ ਨੂੰ ਸਬਜ਼ੀ ਮੰਡੀ ਕੋਲ ਰੋਕ ਲਿਆ ਕਿੰਨੇ ਰੋਕ ਕਿਸੇ ਨੂੰ ਕਿੱਥੇ ਰੋਕ ਲਿਆ ਆ ਮੜਾ ਨਾਲ ਕੋਲ ਆਇਓ ਜੀ ਇੱਕ ਮਿੰਟ ਆਇਓ ਕੋਲ ਆ ਜਾਓ ਇਹ ਇੱਥੇ ਕਾਜੋ ਹਾਂਜੀ ਆਂਟੀ ਤੁਸੀਂ ਕੀ ਕਹਿੰਦੇ ਪਏ ਸੀਗੇ ਹਾਂਜੀ ਮੈਂ ਉਸ ਦਿਨ ਮੰਡੀ ਗਈ ਸੀ ਇਹਨਾਂ ਨੇ ਕਿਸੇ ਹੋਰ ਭਾਈ ਦਾ ਹੱਥ ਫੜ ਕੇ ਇਦਾਂ ਆ ਕੇ ਮੇਰਾ ਰਸਤਾ ਰੋਕਿਆ ਮੇਰੇ ਅੱਗੇ ਰਸਤਾ ਰੋਕਿਆ ਇਹਨਾਂ ਨੇ ਹਾਂਜੀ ਇੱਕ ਦਿਨ ਅਸੀਂ ਉਧਰੋਂ ਮੇਰੇ ਹਸਬੈਂਡ ਨਾਲ ਸੀਗਾ ਆਪਾਂ ਉਥੋਂ ਮੋੜ ਤੋਂ ਨਿਕਲਦੇ ਪਏ ਸੀ ਤਾਂ ਮੈਂ ਨਾ ਇਹਨਾਂ ਨੂੰ ਉੱਥੇ ਕਮੈਂਟ ਪਾਸ ਕੀਤਾ ਸੀ ਹਾਂਜੀ ਹੁਣ ਬੋਲੋ ਦਿੱਕਤ ਕੀ ਬਾਤ ਹੈ ਮੈਡਮ ਮੈਡਮ ਬਤਾਓ ਮੜੇ ਕੋਲ ਮੜੇ ਚਕਾ ਜੋ ਇੱਥੇ ਕਾ ਜੋ ਹਾਂ ਇਹ 15 ਦਿਨ ਹੀ ਹੋ ਗਿਆ ਜੂਸ ਵਾਲਾ ਵੀਰਾ ਵੀ ਉਧਰ ਮੰਡੀ ਚ ਸੀਗਾ ਇਹ 15 ਦਿਨ ਪੁਰਾਣਾ ਹਾਂ ਮੈਂ ਆ ਕੇ ਪਾਪਾ ਨੂੰ ਵੀ ਸੁਣਾਇਆ ਸੀ ਮੰਡੀ ਉਹਦੇ ਪਾਪੇ ਨੂੰ ਵੀ ਸੁਣਾਇਆ ਕਿਹੜਾ ਬਾਰੇ ਇੱਕ ਮਿੰਟ ਆਪਣਾ ਨਾਮ ਤਾਂ ਦੱਸ ਦੋ ਹੁਣ ਕਮਲੇਸ਼ ਕੁਮਾਰ ਹੈ ਮੇਰਾ ਨਾਮ ਕਮਲੇਸ਼ ਕੁਮਾਰ ਤੁਸੀਂ ਆ ਜਾਓ ਮੜਾ ਜਾ ਸੱਚ ਬੋਲੋ ਹੁਣ ਕੀ ਗੱਲ ਹੈ ਮੈਂ 7:30 ਵਜੇ ਜਾ ਰਹੀ ਸੀਗੀ ਮਤਲਬ ਕਿ ਮੈਂ ਆਪਣੀ ਫਰੈਂਡ ਨੂੰ ਛੱਡਣ ਜਾ ਰਹੀ ਸੀਗੀ ਜਿਮ ਪਾਰ ਕਰ ਆ ਰਹੀ ਸੀਗੀ ਤੇ ਇਹਨਾਂ ਨੇ ਉੱਪਰ ਖੜੇ ਸਾਨੂੰ ਦੇਖ ਲਿਆ ਮੇਰੇ ਹਸਬੰਡ ਨੂੰ ਫੋਨ ਕਰਕੇ ਕਿਹਾ ਕਿ ਇੱਥੇ ਗਲੀ 'ਚ ਮੈਂ ਗੰਦ ਨਹੀਂ ਪੈਣ ਦੇਣਾ ਹੁਣ ਇਹਨਾਂ ਨੂੰ ਪੁੱਛਿਆ ਜਾਵੇ ਕਿ ਅਸੀਂ ਕੀ ਗੰਦ ਪਾਉਂਦੇ ਆ ਸਾਡੇ ਘਰੇ ਕਿਹੜੇ ਬੰਦੇ ਆਉਂਦੇ ਆ ਪੁੱਛਿਆ ਜਾਵੇ ਇਹਨਾਂ ਕਿਹੜਾ ਕਿਹੜਾ ਗੰਦ ਪੈਂਦਾ ਜੀ ਕੁਝ ਨਹੀਂ ਬੋਲੇ ਮੇਰੇ ਹਸਬੰਡ ਕੁਝ ਨਹੀਂ ਬੋਲੇ ਮੇਰੇ ਹਸਬੰਡ ਕਹਿੰਦੇ ਸਵੇਰੇ ਆ ਕੇ ਗੱਲ ਕਰਾਂਗਾ ਮੈਂ ਮੇਰੇ ਹਸਬੰਡ ਨੇ ਮੇਰੀ ਗੱਲ ਹਾਂ ਹਸਬੰਡ ਨੇ ਇਹ ਗੱਲ ਕਹੀ ਹੈ ਕਿ ਮੈਂ ਸਵੇਰੇ ਆ ਕੇ ਗੱਲ ਕਰਾਂਗਾ ਮੈਨੂੰ ਇਹ ਮੇਰੇ ਹਸਬੰਡ ਨੂੰ ਇਹ ਕਹਿ ਰਹੇ ਆ ਕਿ ਇੱਥੇ ਆਉਣ ਦੀ ਲੋੜ ਨਹੀਂ
ਨਹੀਂ ਹੈਗੀ ਠੀਕ ਹੈ ਇਹਨਾਂ ਨੇ ਨਹੀਂ ਤੋ ਮੈਂ ਇਹਨਾਂ ਦੇ ਘਰ ਨੂੰ ਫੋਨ ਕਰਨ ਦਾ ਮਤਲਬ ਨਹੀਂ ਤੋ ਮੈਂ ਇਨਕੇ ਪਾਸ ਮੈਂ ਹੀ ਹੂੰ ਪ੍ਰੋਬਲਮ ਤੇ ਤੋ ਮੇਰੇ ਕੋ ਬੋਲ ਸਕਤੇ ਤੇ ਆ ਕੇ ਆ ਮੇਰੇ ਕੋ ਬੋਲ ਸਕਤੇ ਤੇ ਆ ਕੇ ਤੁਸੀਂ ਇਹਨਾਂ ਦੇ ਘਰ ਵਾਲੇ ਨੂੰ ਫੋਨ ਕਿਉਂ ਕੀਤਾ ਮੈਂ ਫੋਨ ਨਹੀਂ ਕੀਤਾ ਦਿਖਾਓ ਮੇਰੇ ਕੋ ਕੰਮ ਫੋਨ ਕੀਤਾ ਮੈਨੇ ਮੈਂ ਕੋਲ ਆਇਓ ਜੀ ਇਹ ਤਾਂ ਕਹਿੰਦੇ ਪਏ ਮੈਂ ਘਰ ਵਾਲੇ ਨੂੰ ਫੋਨ ਨਹੀਂ ਕੀਤਾ ਨਹੀਂ ਕੀਤਾ ਮੈਂ ਆਪਣੇ ਹਸਬੰਡ ਨੂੰ ਬੁਲਾ ਲੈਣੀ ਆ ਮੇਰੇ ਹਸਬੰਡ ਨੂੰ ਬੁਲਾ ਲੈਣੀ ਆ ਮੈਂ ਹੁਣੇ ਫੋਨ ਕਰਕੇ ਫੋਨ ਲਾਓ ਹਸਬੰਡ ਨੂੰ ਜਰਾ ਹਾਂ ਬੁਲਾ ਲਓ ਫੋਨ ਲਾਓ ਹਸਬੰਡ ਨੂੰ ਤੇ ਸਟicker ਦੇ ਲਾਓ ਤੇ ਕਮਲੇਸ਼ ਕੁਮਾਰ ਦੀ ਗੱਲ ਇਹ ਹੈ ਵੀ ਜੇ ਸਿਆਣੇ ਬਿਆਣੇ ਤੁਸੀਂ ਹੈਗੇ ਹੋ ਇਹ ਫਿਰ ਇਸ ਵਕਤ ਆਪਾਂ ਲੁਧਿਆਣੇ 'ਚ ਮੌਜੂਦ ਆ ਸ਼ਿਮਲਾਪੁਰੀ ਗਲੀ ਨੰਬਰ 11 ਇਹ ਇੰਨੀਆਂ ਇੱਕ ਦਰਜਨ ਦੇ ਆਸ-ਪਾਸ ਔਰਤਾਂ ਖੜੀਆਂ ਹੋਈਆਂ ਨੇ ਗਲੀ ਮੁਹੱਲੇ ਦੇ ਉੱਪਰ ਐਡੇ ਲੋਕ ਖੜੇ ਆ ਆ ਬੇਵਕੂਫ ਨੇ ਸਾਰੇ ਸਪੀਕਰ ਲਾਓ ਸਪੀਕਰ ਫੋਨ ਫੜਾਓ ਜੀ ਇੱਕ ਮਿੰਟ ਫੋਨ ਲਾਓ ਸਪੀਕਰ ਲਾਇਆ ਸੋ ਗੱਲਬਾਤ ਕਰਦੇ ਆ ਜਿਹੜੇ ਔਰਤ ਹੈਗੇ ਨੇ ਮੈਂ ਔਰਤ ਦਾ ਨਾਮ ਨਹੀਂ ਲਊਂਗਾ ਤੇ ਇਹਨਾਂ ਦੇ ਘਰ ਵਾਲੇ ਨੇ ਇਹਦਾ ਨਾਮ ਕੀ ਇਹਨਾਂ ਦਾ ਅਸ਼ਵਨੀ ਅਸ਼ਵਨੀ ਭਾਜੀ ਤੁਹਾਡੇ ਮਿਸਿਸ ਕਹਿ ਰਹੇ ਆ ਕਿ ਕਮਲੇਸ਼ ਕੁਮਾਰ ਨਾਮ ਦੇ ਇਨਸਾਨ ਨੇ ਇਹਨਾਂ ਨੇ ਤੁਹਾਨੂੰ ਫੋਨ ਕੀਤਾ ਸੀਗਾ ਇਹ ਕਹਿੰਦੇ ਜੀ ਆਪਣੇ ਥੋੜਾ ਸਾਂਭੋ ਇਹ ਕੀ ਕਹਿੰਦੇ ਸੀ ਇਹ ਕਹਿੰਦੇ ਤੁਸੀਂ ਇੱਥੇ ਗੰਦ ਨਹੀਂ ਪਾਣਾ ਮੈਂ ਇੱਥੇ ਗੰਦ ਨਹੀਂ ਪਾਣਾ ਤੁਸੀਂ ਇੱਥੇ ਮੱਲੇ 'ਚ ਗੰਦ ਨਹੀਂ ਪਾਣਾ ਮੈਂ ਮੱਲੇ ਗੰਦ ਨਹੀਂ ਪੈਣ ਦੇਣਾ ਕੋਈ ਗੱਲ ਹੋਈ ਸੀ ਇਹ ਜੀ ਕਮਲੇਸ਼ ਕੁਮਾਰ ਨਾਲ ਇਹਨਾਂ ਨੇ ਮੈਨੂੰ ਰਾਤ ਨੂੰ ਦਾਰੂ ਪੀ ਕੇ ਫੋਨ ਕੀਤਾ ਮੈਨੂੰ ਕਹਿੰਦੇ ਜੀ ਅਸ਼ਵਨੀ ਕੁਮਾਰ ਕਹਿੰਦੇ ਮੱਲੇ 'ਚ ਗੰਦ ਨਹੀਂ ਪੈਣ ਦੇਣਾ ਅੱਛਾ ਮੈਂ ਕਹੀ ਮੇਰੀ ਗੱਲ ਸੁਣੋ ਮੈਂ ਸਵੇਰੇ ਦਫ਼ਤਰ ਜਾ ਕੇ ਗੱਲ ਕਰੂੰਗਾ ਇਸ ਤਰ੍ਹਾਂ ਤੁਹਾਡੀ ਫੀਸ ਹੀ ਦਾਰੂ ਠੀਕ ਹੈ ਕਹਿੰਦੇ ਜੀ ਦਫ਼ਤਰ ਨਹੀਂ ਆਉਣਾ ਮੇਰੇ ਹਾਂ ਮੈਂ ਫੋਨ ਨਹੀਂ ਕੀਤਾ ਮੇਰੇ ਕੋ ਦਿਖਾ ਦੇ ਅਸ਼ਵਿਨ ਮੈਨੇ ਆਪਕੋ ਕਾਲ ਨਹੀਂ ਕੀਆ ਠੀਕ ਹੈ ਔਰ ਜੋ ਕੋਈ ਬਾਤ ਹੈ ਤੋ ਆਪਨੇ ਮੇਰੇ ਕੋ ਕਿਉਂ ਨਹੀਂ ਆ ਕੇ ਅਭੀ ਜਸਟ ਹੈ ਮੇਰੇ ਕੋ ਇਸਕੇ ਰਿਗਾਰਡਿੰਗ ਕੋਈ ਪਤਾ ਨਹੀਂ ਥਾ ਮੈਂ ਤੋ ਅਭੀ ਇਧਰ ਸੇ ਨਿਕਲ ਰਹਾ ਥਾ ਇਹਨਾਂ ਨੇ ਮੇਰੇ ਕੋ ਰੋਕਾ ਆਪਨੇ ਮੇਰੇ ਕੋ ਬੋਲਾ ਕਿ ਮੁਹੱਲੇ ਮੇਂ ਗੰਦ ਨਹੀਂ ਡਾਲਨਾ ਇਸ ਚੀਜ਼ ਕਾ ਗੰਦ ਡਾਲ ਰਹਾ ਹੈ ਮੇਰੇ ਕੋ ਬਤਾ ਦੋ ਨਹੀਂ ਨਹੀਂ ਤੋ ਮੈਂ ਆਪਕੋ ਬੋਲਾ ਥਾ ਮੇਰੇ ਕੋ ਕਿਉਂ ਨਹੀਂ ਆ ਮੇਰੇ ਪਾਸ ਸੁਬਾ ਹੈ ਅਗਰ ਅਸੀਂ ਬਾਤ ਹੋਈ ਹੋ ਤੋ ਆਪਨੇ ਮੇਰੇ ਕੋ ਬੋਲਾ ਕਿ ਮੇਰੇ ਦਫ਼ਤਰ ਮੇਂ ਨਹੀਂ ਆਨਾ ਹੈ ਮੇਰੇ ਦਫ਼ਤਰ ਮੇਂ ਨਹੀਂ ਆਨਾ ਨਹੀਂ ਮੈਨੇ ਯਾ ਤੋ ਦੇਖ ਫੋਨ ਵੀ ਨਹੀਂ ਕੀਤਾ ਹੈ ਅਗਰ ਕੀਤਾ ਤਾਂ ਫਿਰ ਮੈਨੇ ਐਸੇ ਬੋਲਾ ਵੀ ਨਹੀਂ ਹੈ ਔਰ ਜਬ ਡੇਲੀ ਉਧਰ ਸੇ ਨਿਕਲਤਾ ਹੈ ਤੋ ਤੁਨੇ ਕਿਉਂ ਨਹੀਂ ਮੇਰੇ ਕੋ ਬਤਾਇਆ ਕਿ ਭਾਈ ਇਹ ਬਾਤ ਕੀ ਚਲੋ ਹੁਣ ਇਹ ਗੱਲ ਦਾ ਆਪਾਂ ਜੋ ਜਦੋਂ ਇਹ ਪੀ ਲੈਂਦੇ ਨੇ ਨਾ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਜਦੋਂ ਇਹਨਾਂ ਪੀ ਲੈਂਦੇ ਨੇ ਨਾ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਇਹ ਕੀ ਬੋਲ ਰਹੇ ਨੇ ਦੂਜੇ ਯਾਰ ਪੀ ਕੇ ਆਪਦੀ ਘਰ ਵਾਲੀ ਦੇ ਕੱਪੜੇ ਪਾੜਦੇ ਆ ਗਲੀ ਮੁਹੱਲੇ 'ਚ 22 25 21 ਸਾਲ ਦੇ ਬੱਚੇ ਨੇ ਮੁੰਡੇ ਕੁੜੀਆਂ ਕਿੰਨੇ ਆ ਤਿੰਨ ਮੁੰਡੇ ਆ ਮੇਰੇ ਤਿੰਨ ਮੁੰਡੇ ਨੇ ਬਿਲਕੁਲ ਇਹ ਮੁੰਡੇ ਨੇ ਕੁੜੀ ਘਰ 'ਚ ਹੈਣਗੀ ਤਾਂ ਅਕਲ ਘੱਟ ਹੈ ਕਿ ਨਹੀਂ ਨਹੀਂ ਐਸੀ ਕੋਈ ਬਾਤ ਨਹੀਂ ਹੈ ਐਸੀ ਕੋਈ ਬਾਤ ਨਹੀਂ ਹੈ ਮੈਂ ਮੁਹੱਲੇ ਕੇ ਅੰਦਰ ਮੇਰੀ ਇੱਜ਼ਤ ਹੈ ਕਿਸੇ 'ਚ ਬੇਸਿਕਲੀ ਕੌਨ ਸੇ ਸਟੇਟ 'ਚ ਆਏ ਹੋ ਮੈਂ ਰਾਜਸਥਾਨ 'ਚ ਆਇਆ ਹਾਂ ਇੱਕ ਮਿੰਟ ਰਾਜਸਥਾਨ 'ਚ ਆਏ ਹੋ ਬਿਲਕੁਲ ਰਾਜਸਥਾਨ ਤੋਂ ਪੰਜਾਬ ਮੇਂ ਇਹ ਕਰਨੇ ਕੇ ਲਈ ਆਏ ਹੋ ਨਹੀਂ ਮੈਂ ਇਹ ਕਰਨੇ ਕੇ ਲਈ ਨਹੀਂ ਆਇਆ ਕਿੰਨੇ ਸਾਲ ਹੋ ਗਏ ਯਹਾਂ ਪੇ ਮੇਰੇ ਕੋ ਯਹਾਂ 12 13 ਸਾਲ ਹੋ ਗਏ ਤੋ 12 13 ਸਾਲ ਮੇਂ ਇਹ ਕੁਝ ਕਮਾਇਆ ਆਪਨੇ ਇਹ ਕਮਾਇਆ ਸਰ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੂੰ ਪੁੱਛੋ ਇਹਨਾਂ ਦੀ ਇੱਜ਼ਤ ਹੈਗੀ ਹੈ ਸਾਡੀ ਇੱਜ਼ਤ ਨਹੀਂ ਹੈਗੀ ਅਸੀਂ ਮੁੱਲੇ 'ਚ ਰਹਿੰਦੇ ਆ ਅਸੀਂ ਮੇਰੀ ਗੱਲ ਸੁਣੋ ਇਹੀ ਮੁੱਲੇ 'ਚੋਂ ਮੈਂ ਇੱਧਰ ਆਈ ਹੋਈ ਆ ਠੀਕ ਹੈ ਮੈਨੂੰ ਸਾਲ ਹੋ ਗਿਆ ਸਾਡੇ ਘਰੇ ਕਿੰਨੇ ਕੁ ਬੰਦੇ ਆਉਂਦੇ ਆ ਸਾਨੂੰ ਇਹ ਕਹਿੰਦੇ ਆ ਕਿ ਤੁਸੀਂ ਗੰਦ ਪਾਉਂਦੇ ਹੋ ਕੀ ਗੰਦ ਪਾਇਆ ਸਾਨੂੰ ਇਹ ਦੱਸਿਆ ਜਾਵੇ ਕੀ ਗੰਦ ਪਾਇਆ ਮੇਰੀ ਫਰੈਂਡ ਮੇਰੇ ਘਰੇ ਆਉਂਦੀ ਆ ਇਹ ਕੁੜੀ ਮੇਰੇ ਘਰੇ ਆਉਂਦੀ ਆ ਤੇ ਇਹ ਆਣ ਨਹੀਂ ਦਿੰਦੇ ਇਹਨਾਂ ਦਾ ਆਪਣਾ ਮੈਟਰ ਹੈ ਠੀਕ ਹੈ ਇਹ ਜਗ੍ਹਾ ਜਗ੍ਹਾ ਜਾ ਕੇ ਗੱਲ ਕਰਦੇ ਨੇ ਇਹ ਮੈਟਰ ਇਦਾਂ ਵਾ ਇਹ ਮੈਟਰ ਇਦਾਂ ਵਾ ਠੀਕ ਹੈ ਸਾਨੂੰ ਨਹੀਂ ਪਤਾ ਕੀ ਮੈਟਰ ਆ ਜੀ ਆਪਾਂ
ਆਪਣੇ ਘਰ ਵੱਲ ਝਾਤ ਕਿਉਂ ਨਹੀਂ ਮਾਰਦੇ? ਆਪਾਂ ਆਪਣਾ ਧਿਆਨ ਕਿਉਂ ਆਪਾਂ ਲੋਕਾਂ ਤੋਂ ਲੈਣਾ ਕੀ ਹੈ? ਨਹੀਂ ਇਸ਼ੂ ਕੀ ਹੈ ਇਹ ਯੇ ਇਸਕਾ ਮੈਂ ਕਲੀਅਰ ਕਰੂੰਗਾ। ਠੀਕ ਹੈ ਠੀਕ ਹੈ ਸਰ। ਅਗਰ ਜੋ ਇਹ ਬਾਤ ਹੋਈ ਹੈ ਲੋਕੋ ਕੀ ਜ਼ਿੰਦਗੀ ਮੇਂ ਇੰਟਰ ਕਰਕੇ ਲੈਣਾ ਨਹੀਂ ਸਰ। ਆਜ 15 ਦਿਨ ਹੋ ਗਏ ਇਨ ਬਾਤੋਂ ਕੇ ਕਹਿ ਰਹੇ ਹੈ ਤੋ 15 ਦਿਨ ਮੇਂ ਕਿਉਂ ਨਹੀਂ ਆਜ ਤੱਕ ਇਨਹੋਨੇ ਉਸੇ ਦਿਨ ਅਗਲੇ ਦਿਨ ਬੁਲਾਣਾ ਚਾਹੀਦਾ। ਹੋਟਲ ਤੇ ਹਟ ਜੂਗਾ ਕੰਪਲੇਂਟ ਹੁਣ ਹਟ ਜੂ ਹੁਣ ਨਹੀਂ ਤੋ ਹਟ ਤੋ ਇਸਕੋ ਮੇਰੇ ਕੋ ਕੁਝ ਪਤਾ ਹੀ ਨਹੀਂ ਇਸ ਬਾਰੇ ਮੇਂ। ਉਹੀ ਤੋ ਮੈਂ ਕਹਿ ਰਹਾ ਹੂੰ ਅਭੀ ਵੀ ਆਪਨੇ ਮੇਰੇ ਕੋ ਰੋਕਾ। ਮੈਂ ਆਪਸੇ ਇਸੀ ਲਈ ਮੈਂ ਪੁੱਛਾ ਕਿ ਕਿਉਂ ਪੁੱਛਣਾ ਚਾਹ ਰਹੇ ਹੋ ਕਿਉਂ ਆਪ ਨੇ ਸੁਣੀ ਜਾਵੇ। ਹਾਂਜੀ ਬੋਲੋ ਬੋਲੋ। ਹਾਂਜੀ ਸਰ, ਹਮਾਰੇ ਯਹਾਂ ਪੇ ਕੁਝ ਟਾਈਮ ਪਹਿਲੇ ਇੱਕ ਲੜਾਈ ਹੋਈ ਥੀ ਆਪਸ ਮੇਂ ਆਮਨੇ ਸਾਹਮਨੇ ਨੇਬਰਸ ਕੀ ਤੋ ਉਸਮੇਂ ਵੀ ਇਹ ਇੰਟਰਫੇਅਰ ਕਰਨੇ ਕੇ ਲਈ ਆਏ। ਇਹ ਬੋਲਤੇ ਹੈ ਕਿ ਮੈਂ ਯਹਾਂ ਕਾ ਪ੍ਰਧਾਨ ਹੂੰ, ਯੇ ਛੀਨਾ ਮੈਡਮ ਕਾ ਨਾਮ ਲੈ ਕੇ ਹਮੇਂ ਡਰਾਤੇ ਹੈਂ, ਹਮੇਂ ਕਹਤੇ ਆਂਖੇ ਨੀਚੇ ਕਰੋ। ਔਰ ਇਵਨ ਕਿ ਮੈਂ ਇੱਕ ਅਨਮੈਰਿਡ ਗਰਲ ਹੂੰ, ਮੇਰੀ ਸਿਸਟਰ ਕੋ, ਮੇਰੀ ਛੋਟੀ ਸਿਸਟਰ ਕੋ ਮੇਰੀ ਬੇਟੀ ਬਣਾ ਕੇ ਮੁਝੇ ਬੋਲਤੇ ਹੈ ਤੂੰ ਯਹਾਂ ਪੇ ਕਿਆ ਕਰਦੀ, ਤੂੰ ਆਪਣੇ ਘਰ ਜਾ, ਤੂੰ ਯੇ ਕਹਤੇ ਹੈ। ਸਰ ਬਿਲਕੁਲ ਨਹੀਂ ਬੋਲਾ ਮੈਨੇ, ਯੇ ਇਨਕੇ ਕਹਿਣੇ ਕੀ ਬਾਤੇ ਹੈ। ਠੀਕ ਹੈ, ਆਪ ਸੱਚੇ ਹੋ, ਯੇ ਸਾਰੇ ਬੇਵਕੂਫ ਝੂਠ ਬੋਲ ਰਹੇ ਹੈ। ਨਹੀਂ ਯੇ ਕਬ ਕੀ ਬਾਤ ਹੈ, ਪੁੱਛੋ ਇਨਸੇ। ਸਰ ਮੇਰੀ ਬਾਤ ਸੁਣੀਏ, ਇੱਕ ਨਸ਼ੇ ਕੀ ਹਾਲਤ ਮੇਂ ਆਪ ਕਿਸੀ ਕਾ ਮੈਟਰ ਸੁਲਝਾਨੇ ਕੇ ਲਈ ਆਏ ਹੋ, ਆਪ ਕਹਾਂ ਕੇ ਪ੍ਰਧਾਨ ਹੋ, ਐਸਾ ਕੌਨ ਸਾ ਪ੍ਰਧਾਨ ਹੋਤਾ ਹੈ ਜੋ ਨਸ਼ੇ ਕੀ ਹਾਲਤ ਮੇਂ ਜਿਸਕੋ ਆਪਣੇ ਖੜੇ ਰਹਿਣੇ ਕੀ ਉਹ ਨਹੀਂ ਹੈ ਬਿਲਕੁਲ ਵੀ, ਤੋ ਵੋ ਕਿਸੀ ਕੇ ਮੈਟਰ ਸੁਲਝਾਨੇ ਕੇ ਲਈ ਜਾਏਗਾ। ਹੁਣ ਇਹ ਬੋਲ ਰਹੇ ਹੈ, ਨਹੀਂ ਹੁਣ ਇਹ ਬੋਲ ਰਹੇ ਹੈ ਮੈਂ ਕੁਛ ਨਹੀਂ ਕਰਦਾ, ਇਹਨਾਂ ਨੂੰ ਕਹੋ ਰਾਤ ਨੂੰ ਡਰਿੰਕ ਕਰ ਲੈਣ, ਫਿਰ ਅਸੀਂ ਤਾਂ ਤੁਹਾਡੀ ਵੀਡੀਓ ਬਣਾ ਕੇ ਦਿਖਾਵਾਂਗੇ, ਫਿਰ ਤੁਸੀਂ ਚੰਗੇ ਰਹੋਗੇ। ਬਿਲਕੁਲ 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 ਨਹੀਂ, ਦੇਖੋ ਜੀ ਜਨਾਨੀ ਵਾਲੇ ਕੇਸ 'ਚ ਜ਼ਮਾਨਤ ਨਹੀਂ ਹੁੰਦੀ, ਮੈਨੂੰ ਪਤਾ ਹੈ। ਹੋਰ ਦੱਸਦਾ ਤਿੰਨ ਮੁੰਡੇ ਆ ਨਾ ਵਿਆਹ ਕਰਾਣੇ ਨਾ, ਉਹਨਾਂ ਦੇ ਵਿਆਹ ਨਹੀਂ ਹੋਣੇ, ਮੈਨੂੰ ਪਤਾ ਹੈ। ਪਰਚਾ ਤੁਹਾਡੇ ਤੇ ਪੈ ਗਿਆ ਨਾ, ਐਡੀ ਖੇ ਹੋਣੀ ਹੈ, ਐਡੀ ਬੇਇੱਜ਼ਤੀ ਹੋਣੀ, ਤਿੰਨ ਮੁੰਡੇ ਦੇ ਵਿਆਹ ਨਹੀਂ ਹੋਣੇ ਤੁਹਾਡੇ। ਜੀ ਪਤਾ ਹੈ ਮੇਰੇ ਕੋ ਵੀ ਪਤਾ ਹੈ। ਜਿਹੜਾ ਬੰਦਾ ਜਨਾਨੀਆਂ ਦੀ ਮੱਲੇ ਵਾਲੀ ਇੱਜ਼ਤ ਨਹੀਂ ਨਾ ਕਰਦਾ, ਉਹਨੂੰ ਕੋਈ ਆਪਣੀ ਕੁੜੀ ਨਹੀਂ ਦਿੰਦਾ। ਨਹੀਂ ਉਹ ਨਹੀਂ ਬਣਾਈ ਜਾਣੀ, ਉਹੀ ਬਾਤ ਹੈ ਨਾ ਵੀਰ ਜੀ, ਮੱਲੇ ਮੇਂ ਕੌਣ ਕਹਦੇ ਮੇਰੇ ਕੋ ਕਿ ਹਾਂ ਇਹ ਦੇਖੋ ਯਹਾਂ ਸੇ ਸ਼ੁਰੂ ਹੋ ਜਾਓ। ਅੱਧਾ ਮੱਲਾ ਖੜਾ, 10 ਮੁੰਡੇ ਜਾਣੇ ਕਿਹੜੇ ਮੱਲੇ ਖੜੇ ਹੈ। ਹਾਂ ਇਹ ਕੌਣ ਨੇ ਸਾਰੇ ਮੇਰੇ ਕੋਲ ਨੇ ਵੀ ਕੋਈ ਬਾਤ ਹੈ ਮੇਰੇ ਮੱਲੇ ਮੇਂ, ਆਪ ਆ ਜਾਓ। ਇੱਕ ਮਿੰਟ ਬਾ ਉੱਤਰ ਗਿਆ ਫੜਾ ਜਾ। ਸੋ ਹੁਣ ਮਾਮਲਾ ਕਲੀਅਰ ਕਰਦੇ ਆ, ਫਿਰ ਦੱਸ ਦਿੰਦੇ ਆ। ਲੁਧਿਆਣੇ ਦੇ ਸ਼ਿਮਲਾਪੁਰੀ ਗਲੀ ਨੰਬਰ 11 'ਚ ਮੌਜੂਦ ਆ ਇਹ ਉਹ ਇਨਸਾਨ ਨੇ ਕਮਲੇਸ਼ ਕੁਮਾਰ, ਜਿਨ੍ਹਾਂ 'ਤੇ ਇਹ ਇੱਕ ਦਰਜਨ ਦੇ ਕਰੀਬ ਖੜੀਆਂ ਹੋਈਆਂ ਨੇ ਔਰਤਾਂ, ਇਹ ਦੋਸ਼ ਲਗਾ ਰਹੀਆਂ ਨੇ ਕਿ ਸਾਨੂੰ ਕਮੈਂਟਬਾਜ਼ੀਆਂ ਸਾਡੇ ਬਾਰੇ ਕਰੈਕਟਰ ਦੇ ਬਾਰੇ ਗਲਤ ਬੋਲਣਾ, ਕੁਛ ਨਾ ਕੁਛ ਕਰਨਾ, ਇਹ ਡਰਾਮੇਬਾਜ਼ੀਆਂ ਚੱਲਦੀਆਂ ਰਹਿੰਦੀਆਂ ਨੇ। ਕਮਲੇਸ਼ ਹਾਂਜੀ ਬੋਲੋ, ਇੱਕ ਮਿੰਟ ਬੀਬੀ, ਇੱਕ ਮਿੰਟ ਆਣਾ ਆਪ। ਹਾਂ ਬਤਾ, ਸਰ ਕੋਈ ਰਿਕਾਰਡਿੰਗ ਨਹੀਂ ਹੈ। ਦੇਖੋ ਇਹ ਜੋ ਬੋਲੇਗੀ ਨਾ ਇਨਕੋ ਬੋਲਨੇ ਦੋ, ਕਿਉਂਕਿ ਆਪਨੇ ਮੇਰੇ ਤੋਂ ਮਾਨਣਾ ਨਹੀਂ ਹੈ। ਅਗਰ ਆਪਕਾ ਨਹੀਂ ਮਾਨਣਾ ਹੋਤਾ ਨਾ ਕਮਲੇਸ਼ ਜੀ, ਮੈਂ ਆਪਕੋ ਪਿਆਰ ਸੇ ਰੋਕ ਕਰ ਆਪਕੇ ਸਾਹਮਣੇ ਮਾਈਕ ਨਹੀਂ ਕਰਤਾ, ਫਿਰ ਸੁਣ ਲੋ, ਫਿਰ ਮੈਂ ਸਾਈਡ ਮੇਂ ਖੜ ਕੇ ਨਾ ਇਨਸੇ ਬਾਤ ਕਰਕੇ ਆਪਕਾ ਜੂਸ ਨਿਕਾਲ ਦਿੱਤਾ ਬਿਨਾਂ ਮਤਲਬ ਕੇ। ਪਰ ਮੈਂ ਕਿਉਂ ਰੋਕਾ ਕਿ ਦੂਧ ਦਾ ਦੂਧ ਪਾਣੀ ਕਾ ਪਾਣੀ ਹੋ ਜਾਏ, ਕਿਉਂਕਿ ਆਪਣਾ ਪੱਖ ਰੱਖਣ ਦਾ ਹੱਕ ਆਪਕੋ ਵੀ ਹੈ। ਨਹੀਂ ਹੈ ਮੇਰੇ ਕੋ ਵੀ ਹੈ, ਵਹੀ ਮੈਂ ਕਹਿ ਰਹਾ ਹੂੰ ਕਿ ਮੈਂ ਤਾਂ ਦੇਖੋ ਮੇਰੇ ਕੋ ਪਤਾ ਵੀ ਨਹੀਂ ਥਾ ਕਿ ਇਹ ਇਸ਼ੂ ਕਿਆ ਹੈ, ਨਹੀਂ ਪਤਾ ਥਾ, ਤਭੀ ਤੋ ਆਪਨੇ ਬੋਲਾ ਕਿ ਹਾਂ ਆਪਣਾ ਨਾਮ ਬਤਾਓ, ਤੋ ਮੈਂ ਸੋਚਾ ਕਿ ਕੋਈ ਇਨਕਾ ਕੋਈ ਮੀਟਿੰਗ ਵਗੈਰਾ ਹੋਗਾ ਕੁਛ। ਠੀਕ ਹੈ, ਕਿਉਂਕਿ ਸ਼ਿਸ਼ਪਾਲ ਜੀ ਬੁਲਾਤੇ ਰਹਤੇ ਹੈ, ਮੈਨੂੰ ਪਤਾ ਹੈ। ਠੀਕ ਹੈ ਠੀਕ ਹੈ, ਕਿਉਂਕਿ ਕੌਣ ਨੇ ਇਹ ਰੇ ਸ਼ਿਸ਼ਪਾਲ ਜੀ, ਕੋਈ ਮਾੜਾ ਬੱਚਾ ਹੈ ਫਰੇਂਡ ਤੇਰਾ। ਜਸਪਾਲ ਜੀ ਤੁਸੀਂ ਵੀ ਸਿਆਣੇ ਬਣੇ ਹੋ, ਕੀ ਮਾਮਲਾ ਹੈ? ਇਹ 10 ਜਨਾਨੀਆਂ ਗਲਤ ਨੇ ਕਿ ਇਹ ਇਕੱਲੇ ਕਮਲੇਸ਼ ਜੀ ਸਹੀ ਹੈ, ਗਲਤ ਨੇ, ਕੀ ਮਾਮਲਾ ਹੈ? ਤੁਸੀਂ ਪੂਰੇ ਮੱਲੇ ਤੋਂ ਇਨਕੁਆਇਰੀ ਕਰ ਲਓ, ਜਦੋਂ ਬੰਦਾ ਆਪ ਦਾਰੂ ਪੀ ਕੇ ਗਾਲਾਂ ਕੱਢਦਾ ਕਿਹਨੂੰ ਕੀ ਕੱਢਦਾ, ਉਹ ਮੱਲੇ ਵਾਲੇ ਆਪ ਦੱਸ ਦੇਣਗੇ। ਜਿਹੜੀਆਂ ਜਨਾਨੀਆਂ ਕਹਿ ਰਹੇ ਹੋ ਤੁਸੀਂ 4-5 ਇਹਨਾਂ ਦੇ ਮੱਲੇ ਦੇ ਗੁਆਂਢ ਦੇ ਵਿੱਚ ਆ, ਠੀਕ ਹੈ ਜੀ, ਉਹ ਮੇਰੇ ਕੋਲੇ ਅੱਜ ਆਈਆਂ 4-5 ਜਨਾਨੀਆਂ ਆਈਆਂ। ਵੀਰ ਜੀ ਇਹ ਗੱਲ ਆ, ਮੈਨੂੰ ਸਾਨੂੰ ਅਸੀਂ ਪਰੇਸ਼ਾਨ ਆ, ਉਸ ਤੋਂ ਬਾਅਦ ਮੈਂ ਤੁਹਾਡੇ ਤੱਕ ਪਹੁੰਚ ਕੀਤੀ ਆ, ਆ ਵੀ ਇਹ ਪੁੱਛੀ ਆਪਾਂ ਕੀ ਮੈਡਮ
ਮੈਟਰ ਹੈ, ਤੁਸੀਂ ਤੰਗ ਕਿਉਂ ਕਰਦੇ ਹੋ? ਠੀਕ ਹੈ, ਇਹ ਮੈਟਰ ਹੈ ਜੀ। ਹੁਣ ਬੋਲੋ ਕਮਲੇਸ਼ ਜੀ, ਪਵਾੜਾ ਮੈਂ ਸਹੀ ਦੱਸਾਂ? ਨਹੀਂ ਹਾਂ, ਹੁਣ ਤੁਸੀਂ ਸਹੀ ਖੜੇ ਹੋ। ਹਾਂ ਬਿਲਕੁਲ, ਸਟਾਰਟਿੰਗ 'ਚ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ, ਤੁਹਾਡੇ ਥੋੜਾ ਜਿਹਾ ਰੋਬ ਤੇ ਐਟੀਟਿਊਡ ਸੀਗਾ। ਰੋਬ ਨਹੀਂ ਤਾਂ ਕਮਲੇਸ਼ ਜੀ, ਮੈਂ ਸਾਰੀ ਉਮਰ ਇਹੀ ਕੁਝ ਕੀਤਾ, ਤੁਹਾਡੇ 'ਚ ਐਟੀਟਿਊਡ ਰੋਬ ਆਕੜ ਜੀ ਸੀਗੀ, ਹੁਣ ਤੁਸੀਂ ਥੋੜਾ ਜਿਹਾ ਠੀਕ ਬੋਲ ਰਹੇ ਹੋ, ਪਰ ਮੈਨੂੰ ਲੱਗਦਾ ਵੀ ਰਾਤ ਨੂੰ ਸ਼ਰਾਬ ਪੀਣ ਤੋਂ ਬਾਅਦ ਇੱਕ ਨਵਾਂ ਕਮਲੇਸ਼ ਪੈਦਾ ਹੁੰਦਾ ਹੋਊਗਾ। ਬਿਲਕੁਲ ਨਹੀਂ ਹੈ ਕਮਲੇਸ਼ ਜੀ, ਸ਼ਰਾਬ ਪੀ ਕੇ ਕਲੇਸ਼ ਨਾ ਪਾਇਆ ਕਰੋ, ਸਿਆਣੇ ਬਣੋ। ਨਹੀਂ ਮੈਂ ਕਿਆ ਕਹਿ ਰਹਾ ਹਾਂ, ਘੱਟੋ ਘੱਟ 55 ਸਾਲ ਉਮਰ ਤਾਂ ਹੋਣੀ ਹੈ। ਹੋ ਗਈ, ਕਿੰਨੀ ਹੈ? ਮੇਰੀ 52 ਹੋ ਗਈ। 52 ਸਾਲ ਤਾਂ ਫਿਰ ਬਾਈ ਯਾਰ ਚੰਗਾ ਲੱਗਦਾ? ਨਹੀਂ ਬਿਲਕੁਲ, ਮੈਂ ਕਿਆ ਕਹਿ ਰਹਾ ਹਾਂ, ਚੰਗੇ ਬੜੇ ਹੈਗੇ ਹੋ ਯਾਰ। ਨਹੀਂ ਮੈਂ ਕਿਆ ਕਹਿ ਰਹਾ ਹਾਂ ਕਿ ਅਗਰ ਮੇਰੇ ਕੋ ਇਹ ਪਤਾ ਹੀ ਨਹੀਂ ਥਾ, ਮੈਂ ਆ ਰਹਾ ਥਾ ਇਧਰ ਸੇ, ਆਪਨੇ ਰੋਕਾ ਤਾਂ ਮਤਲਬ ਆਪਕੋ ਨਾਮ ਨਹੀਂ ਬਤਾਇਆ। ਮੈਂ ਸੋਚਾ ਕਿ ਕੈਂਪ ਲਗਾਤੇ ਹੈ, ਠੀਕ ਹੈ ਠੀਕ ਹੈ, ਤੁਮ ਹੋ ਸਕਦਾ ਉਸਕੇ ਬਾਰੇ ਮੇਂ ਕਿ ਆਪਨੇ ਕੁਛ ਨਿਊਜ਼ ਬਣਾਉਣੇ ਕੇ ਲਈ ਰੋਕ ਰਹੇ। ਚਲੋ ਹੁਣ ਆਪਾਂ ਮੁੱਖ ਦੀ ਗੱਲ ਤੇ ਆਉਂਦੇ ਹਾਂ, ਮੁੱਖ ਦੀ ਗੱਲ ਤੇ ਆਉਂਦੇ ਹਾਂ, ਔਰਤਾਂ ਵੀ ਜਿਹੜੇ ਹੈਗੇ ਅੱਗੇ ਆ ਜਾਓ। ਹੁਣ ਤੁਸੀਂ ਆ ਹੁਣ ਸਾਫ਼ ਗੱਲ ਹੋ ਰਹੀ ਹੈ ਜੀ, ਟੂ ਦੀ ਪੁਆਇੰਟ, ਆਹਮਣੇ ਸਾਹਮਣੇ, ਕੋਈ ਪਿੱਠ ਪਿੱਛੇ ਨਹੀਂ, ਕੋਈ ਪਹਿਲਾ ਪਕਸ਼ ਨਹੀਂ, ਦੂਜਾ ਪਕਸ਼ ਨਹੀਂ, ਆਹਮਣੇ ਸਾਹਮਣੇ ਗੱਲ ਹੋ ਰਹੀ ਹੈ। ਇਹ ਕਮਲੇਸ਼ ਜੀ ਕਹਿ ਰਹੇ ਮੈਂ ਹਜੇ ਕੁਛ ਨਹੀਂ ਕਰਦਾ ਜੀ, ਇਹਨੂੰ ਭੁਲੇਖਾ ਪੈਂਦਾ ਪਿਆ। ਹੁਣ ਤੁਸੀਂ ਸਾਰੀ ਇਧਰ ਮਾੜਾ ਕੋਈ ਇਧਰ ਆ ਜਾਓ। ਹਾਂ, ਹੁਣ ਤੁਸੀਂ ਇਹਨਾਂ ਤੋਂ ਕੀ ਚਾਹੁੰਦੇ ਹੋ ਕਿ ਅੱਜ ਤੋਂ ਬਾਅਦ ਇਹ ਕੀ ਹਰਕਤ ਕਰਨ, ਕੀ ਨਾ ਕਰਨ? ਸਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਇਦਾਂ ਦੀ ਹਰਕਤ ਨਾ ਕਰਨ, ਠੀਕ ਹੈ? ਨਹੀਂ ਤਾਂ ਜੇ ਇਹ ਕਰਨਗੇ, ਇਹ ਸਾਨੂੰ ਸ਼ੀਨਾ ਮੈਡਮ ਧਮਕੀ ਦਿੰਦੇ ਆ, ਫਿਰ ਅਸੀਂ ਸ਼ੀਨਾ ਮੈਡਮ ਦੇ ਕੋਲ ਪੇਸ਼ ਹੋ ਜਾਾਂਗੇ, ਜਾਂ ਤਾਂ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ। ਯਾਨੀ ਕਿ ਜਿਹੜੇ ਐਮਐਲਏ ਨੇ ਲੁਧਿਆਣਾ ਹਲਕਾ ਸਾਊਥ ਦੇ, ਦੱਖਣ ਦੇ ਐਮਐਲਏ, ਮੇਰੇ ਹਸਬੰਡ ਨੂੰ ਵੀ ਦਿੰਦੇ ਨੇ ਰਿੰਦਰ ਬਾਰ ਕੁਛ ਨਹੀਂ, ਇਸ ਟਾਈਮ ਮੇਰੇ ਜੋਬ ਤੇ ਨੇ ਮੇਰੇ ਹਸਬੰਡ। ਉਹ ਜਿਹੜੇ ਐਮਐਲਏ, ਉਹ ਤਾਂ ਬੜੇ ਆਪ ਨਾਈਸ ਨੇਚਰ ਵਾਲੇ, ਉਹ ਤਾਂ ਕਦੀ ਗਲਤ ਮਤਲਬ ਸਾਥ ਨਹੀਂ ਦਿੰਦੇ। ਮੈਨੂੰ ਪਤਾ, ਇਹ ਨਹੀਂ ਮੈਨੂੰ ਪਤਾ ਹੈਗਾ, ਪਰ ਸਾਨੂੰ ਐਮਐਲਏ ਮੈਡਮ ਪਰਸੋਂ ਯਹਾਂ ਪੇ ਆਈ ਵੀ ਹੈ। ਅੱਛਾ, ਕਿਉਂ ਨਹੀਂ ਇਹਨਾਂ ਨੇ ਬਤਾਇਆ ਫਿਰ ਅਗਰ ਇਹ ਬਾਤ ਹੀ ਤੋਂ? ਇਹ ਕਹਿੰਦੇ ਜੀ ਪਰਸੋਂ ਇੱਥੇ ਆਏ ਸੀ ਗੇੜੇ ਤੇ, ਤੁਸੀਂ ਉਹਨੂੰ ਸ਼ਿਕਾਇਤ ਕਿਉਂ ਨਹੀਂ ਲਾਈ ਫਿਰ? ਸਰ ਮੈਂ ਇੱਥੇ ਹੈ ਨਹੀਂ ਸੀਗੀ। ਹਾਂਜੀ, ਮੈਂ ਸਾਨੂੰ ਦੱਸ ਕੇ ਥੋੜੀ ਆਏਗੀ ਸੀ ਨਾ ਮੈਡਮ ਆ ਰਹੇ। ਚਲੋ ਠੀਕ ਹੈ, ਤੇ ਹੁਣ ਕਮਲੇਸ਼ ਜੀ ਗੱਲ ਇਹ ਨਿਬੜਦੀ ਸਕਦੀ ਹੈ। ਦੇਖੋ ਫਿਲਹਾਲ ਕੋਈ ਤੁਹਾਡੀ ਫੋਨ 'ਚ ਰਿਕਾਰਡਿੰਗ ਨਹੀਂ ਹੈਗੀ, ਫਿਲਹਾਲ ਕੋਈ ਸੀਸੀਟੀਵੀ ਫੁਟੇਜ ਨਹੀਂ ਹੈਗੀ, ਫਿਲਹਾਲ ਹਜੇ ਇਹ ਔਰਤਾਂ ਸ਼ਰੀਫ ਔਰਤਾਂ ਨੇ, ਹਲੇ ਥਾਣੇ ਚੌਂਕੀ ਨਹੀਂ ਗਈਆਂ, ਹਲੇ ਬਚਾਅ ਆ। ਜੇ ਹੁਣ ਵੀ ਸਿਆਣੇ ਬਣੋਗੇ, ਹੁਣ ਵੀ ਬਿਨਾਂ ਮਤਲਬ ਦੇ ਇੰਟਰਫੇਅਰ ਕਰਨਾ ਮੁਹੱਲੇ ਦੀਆਂ ਔਰਤਾਂ ਲਾਈਫ 'ਚ ਬੰਦ ਕਰੋਗੇ, ਘਰਾਂ 'ਚ ਤਾਂ ਠੀਕ ਰਹੋਗੇ। ਸ਼ਰਾਬ ਪੀ ਕੇ ਨਾ, ਠੰਡ ਹੈ, ਠੰਡ ਹੈ, ਮਤਲਬ ਸ਼ਰਾਬ ਪੀਂਦਾ, ਸ਼ਰਾਬ ਪੀ ਕੇ ਆਪਣੇ ਘਰ 'ਚ ਬੈਠੋ। ਜੇ ਛੇੜਨਾ ਨਾ, ਹੁਣ ਤਾਂ ਇੱਕ ਮਿੰਟ, ਜੇ ਛੇੜਨਾ ਆਪਦੀ ਜਨਾਨੀ ਨੂੰ ਛੇੜੋ, ਉਹਨੂੰ ਵਧੀਆ ਵੀ ਲੱਗੇ, ਤੁਹਾਨੂੰ ਵਧੀਆ ਲੱਗੇ। ਲੋਕਾਂ ਦੀ ਜਨਾਨੀ ਨਹੀਂ ਛੇੜੀ ਦੀ ਹੁੰਦੀ, ਉਹ ਗੁੱਸਾ ਕਰਦਾ, ਆਪਦੀ ਜਨਾਨੀ ਛੇੜੋ, ਆਪਦੇ ਮੁੰਡੇ ਨਾਲ ਹੱਸੋ ਖੇਡੋ, ਸ਼ਰਾਬ ਰਲ ਕੇ ਪੀਓ, ਜੋ ਮਰਜ਼ੀ ਕਰੋ, ਪਰ ਬਾਹਰ ਬਿਲਕੁਲ ਵੀ ਨਿਕਲ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ। ਇਹ ਵਾਅਦਾ ਕਰਦੇ ਹੋ ਅੱਜ? ਬਿਲਕੁਲ ਸਰ, ਮੈਂ ਦੇਖੋ ਐਸੀ ਕੋਈ ਬਾਤ ਨਹੀਂ ਹੈ, ਸ਼ਰਾਬ ਪੀ ਕੇ ਆਪਣੇ ਘਰੇ ਜੋ ਮਰਜ਼ੀ ਕਰੋ, ਮੈਂ ਘਰ ਪੇ ਹੀ ਹੂੰ। ਅਗਰ ਕੋਈ ਬਾਤ, ਖੁੱਲੇ ਖਾਓ, ਨੰਗੇ ਨਾ ਹੋ, ਕਿਸੇ ਕੁਝ ਲੈਣ ਦੇ ਨਹੀਂ, ਪਰ ਘਰ ਦੇ ਅੰਦਰ, ਲੇਕਿਨ ਮੈਨੂੰ ਕੋਈ ਦਿੱਕਤ ਨਹੀਂ ਹੈ। ਅਗਰ ਦੇਖੋ ਮੈਂ ਇੱਕ ਸਮਾਜ ਸੇਵਾਦਾਰ ਹੂੰ ਕਮਲੇਸ਼ ਜੀ, ਸਮਾਜ ਬਿਲਕੁਲ, ਉਹ ਕਮਲੇਸ਼ ਜੀ ਸਮਾਜ ਸੇਵਾ ਵਾਲੇ ਆਹ ਕੰਮ ਥੋੜੀ ਕਰਦੇ ਆ, ਇਹ ਕੰਮ ਕੀ ਬਾਤ ਨਹੀਂ ਹੈ। ਅਭੀ ਵੀ ਮੈਂ ਆਪਕੋ ਬਤਾ ਰਹਾ ਹੂੰ, ਕੱਲ ਮੈਂ ਕੈਂਪ ਲਗਵਾ ਰਹਾ ਹੂੰ ਫ੍ਰੀ ਸਿਲੰਡਰ ਕਾ, ਆਯੁਸ਼ਮਾਨ ਕਾਰਡ, ਆਵਾ ਕਾਰਡ, ਕੱਲ ਲਗਵਾ ਰਹਾ ਹੂੰ ਕੈਂਪ। ਉਹ ਚੰਗੀ ਗੱਲ ਹੈ ਕਮਲੇਸ਼ ਜੀ, ਚੰਗੀ ਗੱਲ ਹੈ, ਪਰ ਫ੍ਰੀ 'ਚ ਆਪਾਂ ਕਿਸੇ ਦੀ ਤੀਮੀ ਨਹੀਂ ਛੇੜਨੀ, ਵਹੀ ਮੈਂ ਕਹਿ ਰਹਾ ਹੂੰ। ਹਾਂਜੀ, ਇਹ ਪੁਲਿਸ ਕੋ ਬੁਲਾ ਕੇ ਰਾਤ ਕੇ ਟਾਈਮ ਪੇ ਕੌਨ ਸੀ ਸਮਾਜ ਸੇਵਾ ਕਰਤੇ ਹੈ, ਇਹ ਬਤਾਈਏ। ਪੁਲਿਸ ਕਹਿ ਰਹੀ ਹੈ ਕਿ ਅਗਰ ਝਗੜਾ ਨਿਪਟ ਗਿਆ ਉਨਕਾ ਆਪਸ ਮੇਂ, ਸੁਲਝ ਗਿਆ ਹੈ, ਤੋ ਆਪ ਹਮੇ ਮਤ ਬੁਲਾਈਏ, ਲੇਕਿਨ ਇਹ ਕਹਿ ਰਹੇ ਨਹੀਂ, ਆਪ ਇੱਕ ਰਾਉਂਡ ਲਗਾਈਏ, ਉਨਕੋ ਬੋਲ ਰਹੇ ਹਮੇ ਪਕੜ ਕੇ ਲੈ ਕੇ ਜਾਈਏ। ਅੱਛਾ, ਤੁਸੀਂ ਵੈਸੇ ਕੋਈ ਕੰਮਕਾਰ ਫਿਲਹਾਲ ਕਰ ਰਹੇ ਹੋ ਕਿ ਫ੍ਰੀ ਹੋ? ਕੋਈ ਕੰਮਕਾਰ ਕਰ ਰਹੇ ਹੋ ਕਿ ਫ੍ਰੀ ਹੋ? ਕੰਮ ਕਰ ਰਹੇ ਹੋ ਯਾਰ ਕਮਲੇਸ਼ ਜੀ, ਜਿਹਨਾਂ ਕੋਲ ਕੰਮ ਹੁੰਦਾ ਨਾ, ਉਹਨਾਂ ਕੋਲ ਇਹੋ ਜਿਹੇ ਫਾਲਤੂ ਕੰਮ ਵਾਲੇ ਟਾਈਮ ਹੀ ਨਹੀਂ ਹੁੰਦਾ ਯਾਰ। ਨਹੀਂ ਅਭੀ ਯਹੀ ਮੈਂ ਆਪਕੋ ਬਤਾਉਂ, ਯਹੀ ਇਸ ਗਲੀ ਕੇ ਅੰਦਰ ਨਸ਼ੇੜੀ ਖੜੇ ਹੋਤੇ ਥੇ, ਮੈਨੇ ਉਠਵਾਏ
शराब पीने के बाद अंदर वाला कमलेश नहीं जागना चाहिए। मैं क्या कह रहा हूँ, इस गली को मैंने छोड़ दिया। नवी मूवी आई है मीर कपूर की एनिमल, वो भी दुलवाली, वो तो नहीं देखी? वो नहीं देखी मैंने। देख ली? देखनी है। नहीं होता एनिमल देख के वो अंदर एनिमल जाग जाता कई बार? नहीं नहीं नहीं, पक्का नहीं देखी? नहीं नहीं। और देखी भी ना वो हरकत नहीं करनी, पिक्चर का शौकीन भी नहीं। हाँ, वो हरकत नहीं करनी, नहीं तो पिक्चर बन जाती है। ठीक है ना, ना कोई नहीं। अच्छा, हस्बैंड आए मेरे। तो ये और अश्विनी आए ने, ए तुहाड़े? हां जी, मेरे हस्बैंड है। हां जी, अश्विनी फोन आया सी। ए कहंदे मैं तो कभी फोन अश्विनी को किता ही नहीं। सर मेरे तो गलती हो गई, मैं रिकॉर्डिंग नहीं कीती। मैं तो गलती है हो गई, क्यों नहीं कीती? चलो कोई नहीं, अगर मेरे को प्रूफ हुंदा मैं हुणे दे दंदा। ठीक है, कोई फोन से रिकॉर्डिंग नहीं हैगी? कोई सीसीटीवी फुटेज होवे कोई है जी? नहीं सर, सर फिलहाल कोई नहीं। बाकी कोई थाने चौकी तो अजे नहीं किया? नहीं, कोई शिकायत नहीं। कहंदे है गली गली मोहल्ले वाला मामला, जे गली मोहल्ले। मैं इन्हां नूं कहा मैं सवेरे आके दफ्तर च गल करूंगा, इन्होंने मैनूं कहा कि मेरे दफ्तर आने की लोड़ नहीं हैगी। ठीक है, मैं कहा ठीक है जी, दफ्तर भी आऊंगा। चलो कोई गल नहीं, कोई गल नहीं। चलो समाज सेवा वाले कमलेश जी, हुण सियाणे बणो, जो हो गया हो गया, तुसीं गलत हो तुसीं सही हो, छड्डो। जद अपने मोहल्ले दीआं लेडीज़ ने, इह धीआं भैणां अपणीआं, ठीक है, तुहाडे तीन मुंडे, तुहाडे तीन नूंह आणीआं ने, जे प्यार नाल इज्जत नाल रहोगे तां पंजाब 'च सब कुछ सही है, नहीं तां फिर इत्थे रहिणा औखा। मुझे कोई मतलब नहीं, पहला 5-7 दिन पहला मैं लंच करके बाहर बैठा सी, साडे घर दे सामने खड़े हो गए, थुक के गए ने खंग के। नहीं गलत गल है, सामने वो तो थुक के गए ने खंग के ना। हां, रोड पे हो सकता अभी एक एक पॉइंट पकड़ रहे। अच्छा, क्या चलते चलते आपको अगर खंग आ गया तो थुक देंगे? थोड़ी थुकना ही। चल कोई गल नहीं, कोई गल नहीं, इधर पढ़ो बकार। चलो छोड़ो, इशू हो गया ये, फिर इहदा बहस दा हल कोई नहीं। पर हुण अज कमलेश जो कमलेश कुमार ए हुण स्क्रीन दे मूहरे ए इन्ने लोग खड़े आ, पूरा मोहल्ला खड़ा ऑलमोस्ट। एक बार दिखाऊंगा कैमरामैन जी नूं, एक बार झात लवा दो कि मोहल्ले दे किन्ने क लोग छत्तां ते खड़ के उपर बनेरे खड़ के सारा माहौल देख रहे हैं, सारी चीज समझ रहे ने। सर एक 5 सेकंड दो मैनू, अमड़ा दिखा दो भी आस पास मोहल्ले वाले सारे अपने घर के बाहर आके उपर आके सारा माहौल देख रहे हैं। ਹੁਣ ਕਮਲੇਸ਼ ਜੀ ਸਕਰੀਨ 'ਤੇ ਇਸ ਗੱਲ ਦਾ ਵਾਅਦਾ ਕਰਨਗੇ ਕਿ ਮੈਂ ਆਪਣੇ ਪਰਿਵਾਰ 'ਤੇ ਰਹੂੰਗਾ, ਮੈਨੂੰ ਕਿਸੇ ਦੇ ਨਾਲ ਕੋਈ ਫਾਲਤੂ ਲੈਣਾ ਦੇਣਾ ਨਹੀਂ, ਮੈਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰੂੰਗਾ। ਕਮਲੇਸ਼ ਜੀ ਇੱਕ ਵਾਰ ਇਨਸਾਨੀਅਤ ਦੇ ਨਾਤੇ ਵਾਅਦਾ ਕਰਕੇ ਜਾਓ ਕਿ ਮੈਂ ਅੱਜ ਤੋਂ ਬਾਅਦ ਕਿਸੇ ਨੂੰ ਤੰਗ ਨਹੀਂ ਕਰੂੰਗਾ। ਮੈਂ ਕਹਿ ਰਹਾ ਹੂੰ, ਇਨਕੀ ਗਲੀ ਕੇ ਅੰਦਰ ਚਾਹੇ ਹਜ਼ਾਰ ਆਏ, ਲੱਖ ਆਏ, ਕੋਈ ਮੁਝੇ ਮਤਲਬ ਨਹੀਂ ਹੈ। ਠੀਕ ਹੈ, ਕੋਈ ਮਰੇ ਆ ਜੀਏ, ਮੁਝੇ ਕੋਈ ਮਤਲਬ ਨਹੀਂ ਹੈ। ਔਰ ਸ਼ਰਾਬ ਪੀਣੇ ਕੇ ਬਾਅਦ ਨਯਾ ਕਮਲੇਸ਼ ਬਾਹਰ ਨਹੀਂ ਆਏਗਾ? ਕੋਈ ਬਾਤ ਹੀ ਨਹੀਂ ਹੈ, ਗਲੀ ਮੇਂ ਨਹੀਂ ਆਏਗਾ। ਕਬ ਕੀ ਬਾਤ ਹੈ, ਅਭੀ 15 ਦਿਨ ਬਾਅਦ ਮੈਂ ਉਖਾੜ ਰਹੇ ਹਾਂ, ਕੋਈ ਬਾਤ ਨਹੀਂ ਹੈ। ਚਲੋ, ਮੇਰੀ ਤਰਫ ਤੋਂ ਕੁਝ ਵੀ ਹੋ, ਗੱਲ ਤਾਂ ਹੈਗੀ ਆ ਨਾ, ਗੱਲ ਤਾਂ ਹੈਗੀ ਆ। ਜੀ ਸਰ, ਨਹੀਂ ਅਸੀਂ ਲੰਡੀਆਂ ਲੁਚੀਆਂ ਤੇ ਹਨ ਨਹੀਂ, ਮੇਰਾ ਹਸਬੰਡ ਸਾਹਮਣੇ ਬਾਹਰ ਖੜਾ, ਮੈਂ ਕੁੜੀ ਨੂੰ ਛੱਡਣ ਜਾ ਰਹੀ ਆ, ਜੇ ਜੇ ਸਾਹਮਣੇ ਨਹੀਂ, ਸਾਡੇ ਘਰ ਦੇ ਸਾਹਮਣੇ ਜਿਮ ਆ, ਤੇ ਸਾਡੀ ਗਲਤੀ ਐ ਸੀ ਦੀ, ਜਾਣਾ ਤਾਂ ਟੂਰ ਤੇ ਸਰ, ਨਹੀਂ ਹੈਗੀ ਨਾ ਇਸ ਦੀ, ਮੈਨੂੰ ਆਪਣੇ ਬੌਸ ਕੇ ਸਾਥ ਟੂਰ ਤੇ ਜਾਣਾ ਤਾਂ। ਚਲੋ ਕੋਈ ਨਹੀਂ, ਕੋਈ ਨਹੀਂ। ਚਲੋ ਕਮਲੇਸ਼ ਜੀ, ਹੁਣ ਕਹਿੰਦੇ ਆ ਮੱਲੇ ਵਾਲੀ ਗੱਲ ਨਾ, ਆ ਕੰਧਾਂ ਦੇ ਵਿੱਚ ਨਿਬੜਦੇ ਨਿਬੜ ਚੰਗੀ ਗੱਲ ਆ, ਅੱਗੇ ਤੋਂ ਤੁਹਾਡੇ ਵੱਲੋਂ ਅਲੰਬ ਨਾ ਆਵੇ, ਬਿਲਕੁਲ ਨਾ ਬਣਾ। ਠੀਕ ਹੈ, ਚਲੋ ਤੁਸੀਂ ਸਿਆਣੇ ਬਿਆਣੇ ਹੋ, ਮੈਚਿਓਰ ਹੋ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਸੋ ਦਰਸ਼ਕੋ, ਫਿਲਹਾਲ ਜਿਨ੍ਹਾਂ ਤੇ ਇਲਜ਼ਾਮ ਲੱਗ ਰਿਹਾ ਕਮਲੇਸ਼ ਕੁਮਾਰ ਜੀ ਤੇ, ਉਹਨੇ ਆਪਣੀ ਸਫਾਈ ਦਿੱਤੀ ਹੈ ਤੇ ਇੱਥੇ ਵਾਅਦਾ ਕੀਤਾ, ਦਰਜਣਾ ਮੱਲੇ ਨਿਵਾਸੀ ਖੜੇ ਹੋਏ ਨੇ ਗਲੀ ਵਾਲੇ ਤੇ ਉੱਥੇ ਵਾਅਦਾ ਕਰਕੇ ਗਏ ਆ, ਜ਼ਬਾਨ ਕਰਕੇ ਗਏ ਆ ਕਿ ਅੱਜ ਤੋਂ ਬਾਅਦ ਮੈਂ ਕਦੀ ਵੀ
ਮੁਹੱਲੇ ਦੀ ਔਰਤਾਂ ਨੂੰ ਨਾ ਛੇੜੂੰਗਾ, ਨਾ ਕਮੈਂਟਬਾਜ਼ੀ, ਨਾ ਕੁਛ ਬੋਲੂੰਗਾ, ਨਾ ਮੇਰੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਉੱਚੀ ਹਰਕਤ ਮੁਹੱਲੇ ਦੀਆਂ ਧੀਆਂ ਭੈਣਾਂ ਦੇ ਨਾਲ ਕਦੀ ਆਉਣ ਵਾਲੇ ਟਾਈਮ 'ਚ ਵੀ ਦੁਬਾਰਾ ਚਾਹੇ ਸ਼ਰਾਬ ਹੀ ਕਿਉਂ ਨਾ ਪੀਤੀ ਹੋਵੇ ਬਿਲਕੁਲ ਵੀ ਨਹੀਂ ਕੀਤੀ ਜਾਊਗੀ। ਕੈਮਰਾਮੈਨ ਕੁਲਵੰਤ ਸਿੰਘ ਸਾਗਰ ਦੇ ਨਾਲ ਨਵਪ੍ਰੀਤ ਸਿੰਘ ਬੇਦੀ, ਲੁਧਿਆਣਾ ਲਾਈਵ ਨਿਊਜ਼।